ਉਹ ਬੜਾ ਸਿੰਪਲ ਤੇ ਸੋਬਰ ਤੇ ਸੌਖਾ ਤਰੀਕਾ ਜੀ ਠੀਕ ਹੈ ਜਿਹਨੂੰ ਆਪਾਂ ਚੀਫ ਹੈਂਡ ਬੈਸਟ ਇਹ ਮਸ਼ੀਨ ਇੱਕ ਲੈ ਕੇ ਆਏ ਆ ਹਵਾ ਵੈਕਿਊਮ ਕਰਕੇ ਉਸ ਤੋਂ ਬਾਅਦ ਇਹਨੂੰ ਪ੍ਰੈਸ ਕਰਨ ਤੋਂ ਬਾਅਦ ਇਹ ਲਗਭਗ 65 ਤੋਂ 75 ਕਿਲੋ ਦੇ ਵਿੱਚ ਵਿੱਚ ਇਹ ਜਿਹੜਾ ਹੈਗਾ ਪੈਕਿੰਗ ਕਰ ਦਿੰਦਾ ਪੀਡਿਓ ਡਰਾਈਵ ਆ ਜੀ ਟਰੈਕਟਰ ਜਿਹੜਾ ਇਹਨੂੰ ਖੇਤ ਵਿੱਚ ਲੈ ਕੇ ਜਾਂਦਾ ਲੈ ਕੇ ਆਉਂਦਾ ਦਾ ਮਤਲਬ 2 ਲੀਟਰ ਪਰ ਘੰਟਾ ਇਹਦੇ ਤੇ ਇੱਕ ਡੀਜ਼ਲ ਦੀ ਐਵਰੇਜ ਆਉਂਦੀ ਹੈ तकरीबन ਇਹ ਇਹ ਗੱਟਾ 1 ਮਿੰਟ ਦੇ ਵਿੱਚ ਇੱਕ ਗੱਟਾ ਉਤਾਰ ਦਿੰਦੀ ਹੈ ਜੀ ਇੱਕ ਪੋਲੀਥੀਨ तकरीबन 45 ਰੁਪਏ ਦਾ ਠੀਕ ਹੈ ਜੀ ਇਹ ਦੋ ਵਾਰੀ ਯੂਜ਼ ਹੋ ਜਾਂਦਾ ਮਤਲਬ ਇੱਕ ਸਾਲ ਬਾਅਦ ਆਪਾਂ ਇਹਨੂੰ ਅਗਲੇ ਸਾਲ ਬਹੁਤ ਵਧੀਆ ਆ ਜਿਹੜਾ ਪੋਲੀਥੀਨ ਕੀਤੇ ਵੇ ਆ ਇਹ ਸਾਰ ਪਿਛਲੇ ਸਾਲ ਵੀ ਅਸੀਂ ਯੂਜ਼ ਕੀਤੇ ਸੀ ਮਤਲਬ ਜੇ 10 ਘੰਟੇ ਮਸ਼ੀਨ ਚੱਲਦੀ ਹੈ ਤਾਂ 500 ਬੈਗ ਆਪਾਂ ਆਸਾਨੀ ਦੇ ਨਾਲ ਕੱਢ ਸਕਦੇ ਹਾਂ ਬਹੁਤ ਆਰਾਮ ਨਾਲ ਕਿਹਾਨ ਪ੍ਰਭਾਉ ਸਤਿ ਸ਼੍ਰੀ ਅਕਾਲ ਕਣਕ ਦੀ ਬਾੜੀ ਤੋਂ ਬਾਅਦ ਸਰੋਂ ਦੀ ਬਾੜੀ ਤੋਂ ਬਾਅਦ ਆਲੂਆਂ ਦੀ ਬਾੜੀ ਤੋਂ ਬਾਅਦ ਮੱਕੀ ਦੀ ਬਜਾਈ ਹੁੰਦੀ ਆ ਤੇ ਸਾਈਲੇਜ ਵਾਲੀ ਮੱਕੀ ਪੰਜਾਬ ਦੇ ਵਿੱਚ ਪਹਿਲੀ ਵਾਰ ਬਹੁਤ ਜ਼ਿਆਦਾ ਵੱਡੇ ਏਰੀਆ ਵਿੱਚ ਲੱਗੀ ਆ ਤੇ ਸਾਈਲੇਜ ਪੈਕ ਕਰਨ ਵਾਲੀਆਂ ਮਸ਼ੀਨਾਂ ਦੀ ਬਹੁਤ ਜ਼ਿਆਦਾ ਕਮੀ ਚੱਲ ਰਹੀ ਆ ਸਾਈਲੇਜ ਨੂੰ ਕਟਿੰਗ ਕਰਨ ਵਾਲੀ ਮੱਕੀ ਨੂੰ ਕਟਿੰਗ ਕਰਨ ਵਾਲੀਆਂ ਮਸ਼ੀਨਾਂ ਦੀ ਵੀ ਕਮੀ ਚੱਲ ਰਹੀ ਆ ਪਰ ਅੱਜ ਆਪਾਂ ਇਹ ਹੋਏ ਆ ਫਰੀਦਕੋਟ ਤੇ ਕੋਟਕਪੂਰਾ ਦੇ ਇੱਕ ਪਿੰਡ ਮੱਤਾ ਵਿੱਚ ਆਏ ਹੋਏ ਆ ਸਰਪ੍ਰਾਭੂ ਇਸ ਪਿੰਡ ਦੇ ਕਿਸਾਨ ਨੇ ਇਹ ਮਸ਼ੀਨ ਲੈਤੀ ਆ ਤੇ ਸਾਈਲੇਜ ਪੈਕਿੰਗ ਦਾ ਕੰਮ ਸ਼ੁਰੂ ਕੀਤਾ ਤੇ ਫਰੀਦਕੋਟ ਢਾਲੀਵਾਲ ਐਗਰੋ ਵੱਲੋਂ ਇਹ ਮਸ਼ੀਨ ਨੂੰ ਤਿਆਰ ਕੀਤਾ ਗਿਆ ਤੇ ਬਾਈ ਰਵਿੰਦਰ ਜੀ ਆਪਣੇ ਨਾਲ ਆ ਇਸ ਮਸ਼ੀਨ ਦੀਆਂ ਸਾਰੀਆਂ ਖੂਬੀਆਂ ਆਪਣੇ ਨਾਲ ਸਾਂਝੀਆਂ ਕਰਨਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪ੍ਰਗਟ ਸਿੰਘ ਜੀ ਕੀ ਹਾਲ ਬਹੁਤ ਵਧੀਆ ਜੀ ਤੇ ਇਸ ਮਸ਼ੀਨ ਤੇ ਚੰਦਨਾ ਪਾਇਓ ਜੀ ਕਿਉਂਕਿ ਇਹ ਪਹਿਲਾਂ ਵੱਡੇ ਏਰੀਏ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਕੋਈ ਜ਼ਿਆਦਾ ਅਜਿਹੀਆਂ ਮਸ਼ੀਨਾਂ ਨਹੀਂ ਜਿਹੜੀਆਂ ਪੈਕਿੰਗ ਕਰਦੀਆਂ ਪਹਿਲਾਂ ਸਾਈਲੇਜ ਦੇ ਨੂੰ ਜਿਹੜਾ ਪਿੱਟ ਦੇ ਵਿੱਚ ਤਿਆਰ ਕਰਦੇ ਆ ਤੇ ਜਿਹੜਾ ਇਹ ਪੈਕਿੰਗ ਕਰਨ ਵਾਲਾ ਕਨਸੈਪਟ ਹੈ ਇਸ ਮਸ਼ੀਨ ਕਿਵੇਂ ਕੰਮ ਕਰਦੀ ਹੈ ਇਹ ਸਰ ਜਿਸ ਤਰ੍ਹਾਂ ਆਪਣਾ ਖੇਤ ਦੇ ਵਿੱਚੋਂ ਮੱਕੀ ਦਾ ਜਿਹੜਾ ਹੈਗਾ ਕੁਤਰੇ ਨੂੰ ਆਪਣਾ ਟਰਾਲੀ ਦੇ ਵਿੱਚ ਲੈ ਕੇ ਆਉਣ ਤੋਂ ਬਾਅਦ ਠੀਕ ਹੈ ਜੀ ਇਹ ਟਰਾਲੀ ਦੇ ਵਿੱਚੋਂ ਸਿੱਧੀ ਇਹਦੇ ਵਿੱਚ ਮਾਲ ਆ ਜਾਂਦਾ ਠੀਕ ਹੈ ਜੀ ਇਹਨੇ ਜਿਹੜਾ ਹੈਗਾ ਪੈਕ ਕਰਨਾ ਮਾਲ ਨੂੰ ਜੀ ਉਹ ਬੜਾ ਸਿੰਪਲ ਤੇ ਸੋਬਰ ਤੇ ਸੌਖਾ ਤਰੀਕਾ ਜੀ ਠੀਕ ਹੈ ਜਿਹਨੂੰ ਆਪਾਂ ਚੀਫ ਹੈਡ ਬੈਸਟ ਇਹ ਮਸ਼ੀਨ ਇੱਕ ਲੈ ਕੇ ਆਏ ਆ ਫਾਰਮਰ ਵਾਸਤੇ ਜੀ ਦੇ ਅਕੋਰਡਿੰਗ ਟੂ ਮਤਲਬ ਬਹੁਤ ਜਿਆਦੇ ਕੋਸਟ ਦੀਆਂ ਮਸ਼ੀਨਾਂ ਸੀਗੀਆਂ ਜੀ ਇਹ ਬੜੇ ਘੱਟ ਰੇਟ ਦੇ ਵਿੱਚ ਤੇ ਬੜੀ ਵਧੀਆ ਪਰਫਾਰਮੈਂਸ ਇਹ ਦੇ ਰਹੀ ਹੈ ਮਸ਼ੀਨ ਜੀ ਇਹਦੇ ਵਿੱਚ ਕੀ ਆ ਦੋ ਹੀ ਆ ਇਹਦੇ ਵਿੱਚ ਸਰ ਇੱਕ ਕਨਵਿਨਰ ਆ ਜਿਹੜਾ ਮਾਲ ਉਹ ਆਪਣੇ ਡਰਮ ਨੂੰ ਦੇ ਦਿੰਦਾ ਤੇ ਡਰਮ ਦੇ ਉੱਪਰ ਜਿਹੜਾ ਹੈਗਾ ਇਹਦੇ ਪ੍ਰੈਸ ਕਰਨ ਕੇ ਮਾਲ ਦੇ ਵਿੱਚੋਂ ਜਿਹੜੀ ਹਵਾ ਵੈਕਿਊਮ ਕਰਕੇ ਉਸ ਤੋਂ ਬਾਅਦ ਇਹਨੂੰ ਪ੍ਰੈਸ ਕਰਨ ਤੋਂ ਬਾਅਦ ਇਹ ਲਗਭਗ 65 ਤੋਂ 75 ਕਿਲੋ ਦੇ ਵਿੱਚ ਵਿੱਚ ਇਹ ਜਿਹੜਾ ਹੈਗਾ ਪੈਕਿੰਗ ਕਰ ਦਿੰਦਾ ਠੀਕ ਹੈ ਉਸ ਤੋਂ ਬਾਅਦ ਇਹ ਆਪਾਂ ਉਤਾਰ ਲੈਣਾ ਇਹਦੇ ਜਿਹੜੀ ਹੈਗੀ ਪੈਕਿੰਗ ਕੀਤੀ ਹੋਏ ਮਾਲ ਨੂੰ ਉਹ ਮਾਲ ਦਾ ਜਿਹੜਾ ਹੈਗਾ ਆਪਾਂ ਉਹਦੀ ਜਿਹੜੀ ਲਾਈਫ ਆ ਉਹ ਸਾਰੇ ਲਗਭਗ ਕੋਈ 12 ਤੋਂ 15 ਮਹੀਨੇ ਆਪਾਂ ਰੱਖ ਕੇ ਔਰ ਜਿਹੜੇ ਹੈਗੇ ਆਪਣਾ ਆਪਣੇ ਆਪਣੇ ਜਿਹੜੇ ਡੇਰੀ ਫਾਰਮਰ ਆ ਉਹ ਆਪਣੇ ਬਹੁਤ ਵਧੀਆ ਜਿਹੜੇ ਪਸ਼ੂ ਹੈਗੇ ਆ ਦੁੱਧ ਵਾਲੇ ਉਹਨਾਂ ਨੂੰ ਆਪਾਂ ਬੜੇ ਵਧੀਆ ਤਰੀਕੇ ਨਾਲ ਬੜੀ ਵਧੀਆ ਰਿਪੋਰਟ ਲੈ ਸਕਦੇ ਆ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਫਾਰਮਰ ਦਾ ਰੁਝਾਨ ਆ ਮਦਾ ਜਿਵੇਂ ਜਿਵੇਂ ਜਾਗਰੂਪ ਹੋ ਰਹੇ ਆ ਲੋਕ ਇਧਰਲੇ ਪਾਸੇ ਨੂੰ ਕਾਫੀ ਜਿਆਦੇ ਸਾਨੂੰ 2-3 ਫਾਰਮਰ ਨੇ ਬੜੇ ਛਡੇ ਆਪ ਦੇ ਨਿੱਜੀ ਫਾਰਮਸ ਸੀਗੇ ਉਹਨਾਂ ਨੇ ਸਾਨੂੰ ਪਿਛਲੇ ਸਾਲ ਵੀ ਇਹ ਮਸ਼ੀਨ ਤਿਆਰ ਕਰਵਾਈ ਐਸ ਸਾਲ ਫਿਰ ਅਸੀਂ ਥੋੜਾ ਜਿਆ ਲਾਰਜਰ ਸਕੇਲ ਤੇ ਵੱਧ ਮਸ਼ੀਨਾਂ ਤਿਆਰ ਕੀਤੀਆਂ ਕਾਫੀ ਮਸ਼ੀਨਾਂ ਅਸੀਂ ਦੇ ਚੁੱਕੇ ਆ ਹੁਣ ਅਸੀਂ ਇਸ ਟਾਈਮ ਸਾਡੇ ਕੋਲੇ ਕਾਫੀ ਬੁਕਿੰਗਾਂ ਹੋਰ ਵੀ ਤੇ ਜਿਵੇਂ ਮੱਤੇ ਆਈ ਆ ਦੋ ਮਸ਼ੀਨਾਂ ਬਰਨਾਲੇ ਗਈਆਂ ਮਤਲਬ ਹੋਰ ਵੀ ਕਾਫੀ ਪੰਜਾਬ ਦੇ ਵਿੱਚ ਕਾਫੀ ਏਰੀਆ ਚ ਮਸ਼ੀਨਾਂ ਆਪਣੀਆਂ ਹਾਂਜੀ ਜਿਹੜੇ ਫਾਰਮਰ ਪਹਿਲਾਂ ਮਸ਼ੀਨਾਂ ਲੈ ਕੇ ਕੰਮ ਕਰਦੇ ਆ ਮੋਸਟਲੀ ਪੀਡੀਓ ਤੇ ਚੱਲਦੇ ਕੰਮਦਿਆਂ ਜਾਂ ਉਹ ਮਸ਼ੀਨਾਂ ਕੰਬਾਈਨ ਟਾਈਪ ਹੁੰਦੀਆਂ ਜਿਹੜੀਆਂ ਕੁਤਰਾ ਕਰਕੇ ਪਾਉਂਦੀਆਂ ਤੇ ਉਸ ਤੋਂ ਬਾਅਦ ਪਿੱਟ ਦੇ ਵਿੱਚ ਸਾਈਲਜ ਮੋਸਟਲੀ ਤਿਆਰ ਹੁੰਦਾ ਪਰ ਇਹਦੇ ਵਿੱਚ ਜਿਹੜਾ ਕੁਤਰਾ ਕੀਤਾ ਹੋਇਆ ਪੈਕਿੰਗ ਹੋ ਰਿਹਾ ਤੇ ਮਸ਼ੀਨ ਨੂੰ ਜਿਹੜੀ ਪਾਵਰ ਆ ਉਹ ਕਿੱਥੋਂ ਮਿਲਦੀ ਹੈਗੀ ਕਿਵੇਂ ਮਸ਼ੀਨ ਚੱਲਦੀ ਕਿਵੇਂ ਸਰ ਇਹਦੇ ਵਿੱਚ ਹਾਈਡਰੌਲਿਕ ਸਿਸਟਮ ਸਾਰਾ ਲਾਇਆ ਹੋਇਆ ਇਹ ਮਸ਼ੀਨ ਦਾ ਜਿਹੜਾ ਸਿਰਫ ਪੀਟੀਓ ਡਰਾਈਵ ਆ ਜੀ ਟਰੈਕਟਰ ਜਿਹੜਾ ਇਹਨੂੰ ਖੇਤ ਵਿੱਚ ਲੈ ਕੇ ਜਾਂਦਾ ਲੈ ਕੇ ਆਉਂਦਾ ਉਸੇ ਟਰੈਕਟਰ ਤੋਂ ਇਹਨੂੰ ਪੀਟੀਓ ਡਰਾਈਵ ਮਤਲਬ ਕਿੱਡਾ ਟਰੈਕਟਰ ਚੱਲਦਾ ਇਹਦੇ ਤੇ ਘੱਟ ਤੋਂ ਘੱਟ ਸਾਰੇ ਜਿਵੇਂ ਆਪਣਾ ਮੰਨ ਕੇ ਚਲੋ 35 ਹਸ ਪਾਵਰ ਛੋਟੇ ਤੋਂ ਛੋਟਾ ਮਤਲਬ ਨਾਰਮਲ ਟਰੈਕਟਰ ਚੱਲ ਜਾਂਦਾ ਨਾਰਮਲ ਟਰੈਕਟਰ ਛੋਟੇ 35 40 ਹਸ ਪਾਵਰ ਤੇ ਜਾਂ ਫਾਰਮਰ ਕੋਲੇ ਜਿਹੜਾ ਜਿਹੜਾ ਮਤਲਬ ਘੱਟ ਟੀਲ ਦਾ ਮਤਲਬ 2 ਲੀਟਰ ਪਰ ਘੰਟਾ ਇਹਦੇ ਤੇ ਇੱਕ ਡੀਜ਼ਲ ਦੀ ਐਵਰੇਜ ਆਉਂਦੀ ਆ ਮਸ਼ੀਨ ਤੇ ਇਦੇ ਵਿੱਚ ਸਿਰਫ ਕੱਲੀ ਪੀਟੀਓ ਤੋਂ ਹੀ ਆਪਾਂ ਡਰਾਈਵ ਲੈਣਾ ਬਾਕੀ ਜਿੰਨੇ ਵੀ ਇਕੁਪਮੈਂਟਸ ਕੰਮ ਕਰਦੇ ਆ ਉਹ ਮਸ਼ੀਨ ਦੇ ਆਪਣੇ ਆ ਠੀਕ ਹੈ ਜੀ ਤੇਲ ਵੀ ਇਹਦਾ ਜਿਹੜਾ ਔਇਲ ਆ ਸਪੈਸ਼ਲ ਪਾਇਆ ਹੋਇਆ ਪੰਪ ਵੀ ਇਹਦਾ ਆਪਦਾ ਮਸ਼ੀਨ ਦਾ ਡਿਸਟ੍ਰੀਬਿਊਟਰ ਵੀ ਆਪਦਾ ਜਿਹੜੀਆਂ ਹਾਈਡਰੋਲਿਕ ਮੋਟਰਾਂ ਲੱਗੀਆਂ ਜੈਕ ਲੱਗੇ ਆ ਪੰਪ ਲੱਗੇ ਸਾਰੇ ਇਹਦੀ ਮਸ਼ੀਨ ਦੇ ਆਪਦੇ ਆ ਸਿਰਫ ਮਸ਼ੀਨ ਤੇ ਬੈਠ ਕੇ ਇਹਨੂੰ ਇੱਕ ਬੰਦੇ ਨੇ ਆਪਰੇਟ ਕਰਨਾ ਠੀਕ ਹੈ ਜੀ ਠੀਕ ਹੈ ਉਹ ਸਾਰਾ ਕੁਝ ਇਹਦਾ ਮਸ਼ੀਨ ਦਾ ਆਪਣਾ ਹੈ ਠੀਕ ਹੈ ਜੀ ਹਾਂਜੀ ਮਤਲਬ ਕਿ ਜੇ ਆਪਾਂ ਦੇਖੀਏ ਮਸ਼ੀਨ ਨੂੰ ਚੱਲਦਾ ਹੋਇਆ ਜਿਵੇਂ ਆਪਾਂ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਇਹਦੇ ਵਿੱਚ ਲਗਭਗ 5 ਤੋਂ 6 ਲੇਬਰ ਵਾਲੇ ਬੰਦੇ ਇਹਨੂੰ ਵਧੀਆ ਆਸਾਨੀ ਦੇ ਨਾਲ ਮੈਨੇਜ ਕਰ ਸਕਦੇ ਆ ਜੀ ਬਿਲਕੁਲ ਸਰ ਇਹਦੇ ਵਿੱਚ ਜੇਤਾ ਵੇਖੋ ਟਰੈਕਟਰ ਲੋਡਰ ਵਾਲਾ ਆਪਣੇ ਕੋਲੇ ਮਾਲ ਥੱਲੋਂ ਫਿਰ ਉਹਦੇ ਨਾਲ ਬੰਦੇ ਘਟ ਜਾਂਦੇ ਆ ਇਹ ਟਰਾਲੀ ਬੈਕ ਲਾਉਣੇ ਆ ਦੋ ਬੰਦੇ ਇਹਦੇ ਵਿੱਚ ਮਾਲ ਪੂਰਾ ਕਰਦੇ ਆ ਠੀਕ ਹੈ ਜੀ ਇੱਕ ਬੰਦਾ ਇਹਨੂੰ ਜਿਹੜਾ ਹੈਗਾ ਗੱਟਾ ਲਾਉਂਦਾ ਤੇ ਇੱਕ ਬੰਦਾ ਲਾਉਂਦਾ ਹੈਗਾ ਇੱਕ ਬੰਦਾ ਜਿਹੜਾ ਹੈਗਾ ਇਹਦਾ ਹਾਈਡਰੋਲਿਕ ਡਿਸਟ੍ਰੀਬਿਊਟਰ ਜਿਹੜਾ ਡਰਾਈਵ ਕਰਦਾ ਬੰਦਾ ਠੀਕ ਹੈ ਜੀ ਤਕਰੀਬਨ ਪੰਜ ਕ ਬੰਦੇ ਮੋਸਟਲੀ ਇਹਨੂੰ ਬਹੁਤ ਵਧੀਆ ਆਰਾਮ ਨਾਲ ਚਲਾ ਸਕਦੇ ਠੀਕ ਹੈ ਜੀ ਮਤਲਬ ਸਾਰਾ ਸਿਸਟਮ ਆਟੋਮੈਟਿਕ ਹੈ ਆਪਾਂ ਉਹਦੇ ਵਿੱਚ ਪੋਲੀਥੀਨ ਲੋਡ ਕਰਨਾ ਹੈਗਾ ਮਸ਼ੀਨ ਦੇ ਵਿੱਚ ਆਟੋਮੈਟਿਕ ਜਿਹੜਾ ਫੌਡਰ ਆ ਉਹ ਵੀ ਲੋਡ ਹੋ ਜਾਣਾ ਤੇ ਉਹਦੀ ਪ੍ਰੈਸਿੰਗ ਵੀ ਆਟੋਮੈਟਿਕ ਹੋਣੀ ਹੈ ਸਰ ਇਹਨੇ ਆਪਣਾ ਜਿਹੜਾ ਜੱਕਾ ਹਾਈਡਰੋਲਿਕ ਪ੍ਰੈਸ ਕਰਦਾ ਜਿਹੜਾ ਮਾਲ ਨੂੰ ਉਹਨੇ ਆਪਣੀ ਫੁੱਲ ਕੈਪੈਸਟੀ ਤੋਂ ਬਾਅਦ ਉਹਨੇ ਕੱਟ ਕਰ ਜਾਣਾ ਜੀ ਠੀਕ ਹੈ ਜਿਹੜਾ ਕਨਵੈਨਰ ਲੱਗਿਆ ਹੋਇਆ ਕਨਵੈਨਰ ਨੇ ਜਦੋਂ ਮਾਲ ਹੈਗਾ ਉਹ ਸਰ ਉਹ ਜਦੋਂ ਉੱਪਰ ਤੱਕ ਆ ਜਾਂਦਾ ਉਹ ਉੱਥੇ ਬੰਦੇ ਬੈਠੇ ਨੂੰ ਸਾਰਾ ਪਤਾ ਲੱਗ ਰਿਹਾ ਹੁੰਦਾ ਕਿ ਮੇਰਾ ਜਿਹੜਾ ਹੈਗਾ ਪੂਰਾ ਉਹਦੇ ਚ ਮਾਲ ਫੁੱਲ ਭਰ ਚੁੱਕਿਆ ਉਸ ਤੋਂ ਬਾਅਦ ਉਹ ਕੱਟ ਕਰ ਜਾਂਦੀ ਹੈ ਇਹ ਮੋਸਟਲੀ ਚਾਰ ਪੋਲੀਥੀਨ ਲੋਡ ਹੋ ਕੇ ਮਸ਼ੀਨ ਚੱਲਦੀ ਹੈ ਜਾਂ ਇਹ ਸਿੰਗਲ ਤੇ ਵੀ ਚੱਲ ਜਾਂਦੀ ਜਾਂ ਇਸ ਤੋਂ ਵੀ ਵੱਡੀ ਕਪੈਸਿਟੀ ਦੀ ਮਸ਼ੀਨ ਬਣ ਸਕਦੀ ਹੈ ਜਾਂ ਬਣੀ ਹੋਈ ਹੈ ਸਰ ਜਿਸ ਤਰ੍ਹਾਂ ਇਹ 4 ਆ 4 ਪਲੱਸ 4 ਕਹਿੰਨੇ ਇਹਨੂੰ ਠੀਕ ਹੈ ਜੀ 4 ਪਲੱਸ 4 ਦੇ ਨਾਲ ਇਹਦਾ weight ਦੀ ਕਪੈਸਿਟੀ ਵੱਧ ਜਾਂਦੀ ਆ ਠੀਕ ਹੈ ਜੀ ਠੀਕ ਹੈ ਜੀ ਲਗਭਗ ਇਹ 75 ਕਿਲੋ ਤੱਕ ਦਾ ਇੱਕ ਆਪਣਾ ਆਪਾਂ ਨੂੰ ਜਿਹੜੀ ਪੈਕਿੰਗ ਮਿਲ ਜਾਂਦੀ ਆ ਜੀ ਤੇ ਇਸ ਤੋਂ ਵੱਧ 5 ਪਲੱਸ 5 ਵੀ ਕਰ ਸਕਦੇ ਆ 6 ਪਲੱਸ 6 ਵੀ ਕਰ ਸਕਦੇ ਆ ਠੀਕ ਹੈ ਉਹ ਡਿਪੈਂਡ ਕਰਦਾ ਕਿ ਡਿਮਾਂਡ ਫਾਰਮਰ ਦੀ ਕਿੰਨੀ ਕਾ ਮਤਲਬ ਕਿੰਨੀ ਕਵਾਂਟੀਟੀ ਉਹਨੇ ਇੱਕ ਦਿਨ ਦੇ ਵਿੱਚ ਤਿਆਰ ਕਰਨੀ ਆ ਆ ਇਹ ਕਵਾਂਟੀਟੀ ਤਕਰੀਬਨ ਇਹ ਇਹ ਗੱਟਾ 1 ਮਿੰਟ ਦੇ ਵਿੱਚ ਇੱਕ ਗੱਟਾ ਉਤਾਰ ਦਿੰਦੀ ਹੈ ਜੀ ਜੀ ਮੱਲ ਪੂਰੀ ਜਿਹੜੀ ਆ ਗੱਟਾ 1 ਮਿੰਟ ਦੀ ਇਹਦੀ ਹੈਗੀ ਆ ਐਵਰੇਜ ਆਉਂਦੀ ਆ ਚਲੋ ਤੁਸੀਂ ਡੇਢ ਮਿੰਟ ਵੀ ਲਾ ਕੇ ਚਲੋ ਡੇਢ ਮਿੰਟ ਬਾਅਦ ਇਹਦਾ ਗੱਟਾ ਬਾਹਰ ਆ ਜਾਂਦਾ ਵੈਸੇ ਮਿੰਟ ਤੋਂ ਪਹਿਲਾਂ ਪਹਿਲਾਂ ਗੱਟਾ ਉਤਰ ਜਾਂਦਾ ਠੀਕ ਹੈ ਜੀ ਬਾਕੀ ਬੰਦੇ ਜਿਹੜੇ ਕੰਮ ਕਰਦੇ ਉਹਨਾਂ ਦੇ ਡਿਪੈਂਡ ਆ ਮਸ਼ੀਨ ਦੀ ਕਪੈਸਿਟੀ 1 ਮਿੰਟ ਦੇ ਵਿੱਚ ਉਹਨੇ ਗੱਟਾ ਤੁਹਾਨੂੰ ਪ੍ਰੈਸ ਕਰਕੇ ਦੇ ਦੇਣਾ ਠੀਕ ਹੈ ਜੀ ਹਾਂਜੀ ਕਿਉਂਕਿ ਫਾਰਮਰ ਨੂੰ ਜਿਵੇਂ ਜਿਵੇਂ ਅਵੇਅਰ ਹੋ ਰਿਹਾ ਓਵੇਂ ਵੀ ਇਧਰਲੇ ਪਾਸੇ ਨੂੰ ਆ ਰਿਹਾ ਕਿਉਂਕਿ ਉਹਨਾਂ ਨੇ ਪਹਿਲਾਂ ਲਾਸ ਵੇਖ ਲਿਆ ਆ ਦੇ ਇਹਦੇ ਨਾਲ 0% ਲਾਸ ਆ ਫਾਰਮਰ ਦਾ ਜਿਹੜਾ ਮਾਲ ਪ ਆਪਾਂ ਵੇਚਣਾ ਚਾਹੀਏ 7 ਤੋਂ 8 ਰੁਪਏ ਕਿਲੋ ਦੇ ਹਿਸਾਬ ਨਾਲ ਆਪਾਂ ਸੇਲ ਕਰ ਸਕਦੇ ਆ ਆਪਾਂ ਘਰੇ ਵੀ ਯੂਜ਼ ਕਰਨਾ ਇਹਦਾ ਆਪਾਂ ਇੱਕ ਗੱਟੇ ਨੂੰ ਖੋਲੋ ਤੇ ਪੂਰੇ ਦਾ ਪੂਰਾ ਆਪਣਾ ਯੂਜ਼ ਹੋ ਜਾਂਦਾ ਇਹਦੀ ਜਦੋਂ ਆਪਾਂ ਪੇਟ ਦੇ ਵਿੱਚੋਂ ਪਟਕੀ ਲਿਆਉਣੇ ਆ ਉੱਥੇ ਵੀ ਆਪਾਂ ਨੂੰ ਲੇਬਰ ਉਹਨੂੰ ਬੜਾ ਸਖਤ ਹੋ ਜਾਂਦਾ ਪਟਣਾ ਬਹੁਤ ਔਖਾ ਇਹਨੂੰ ਖੋਲੋ ਤੇ ਬੜਾ ਈਜ਼ੀ ਆਪਾਂ ਉਹਨੂੰ ਪਸ਼ੂਆਂ ਨੂੰ ਜਿਹੜਾ ਹੈਗਾ ਬੜੇ ਆਰਾਮ ਨਾਲ ਦੇ ਸਕਦੇ ਆ ਚਾਰਾ ਇਹ ਇਹਦੇ ਨਾਲ ਬੈਨੀਫਿਟ ਇਹ ਆ ਇੱਕ ਪੋਲੀਥੀਨ ਤਕਰੀਬਨ 45 ਰੁਪਏ ਦਾ ਠੀਕ ਹੈ ਜੀ ਠੀਕ ਹੈ ਇਹ ਦੋ ਵਾਰੀ ਯੂਜ਼ ਹੋ ਜਾਂਦਾ ਜੀ ਮਤਲਬ ਇੱਕ ਸਾਲ ਬਾਅਦ ਆਪਾਂ ਇਹਨੂੰ ਅਗਲੇ ਸਾਲ ਬਹੁਤ ਵਧੀਆ ਆ ਜਿਹੜਾ ਪੋਲੀਥੀਨ ਕੀਤੇ ਵੇ ਆ ਇਹ ਸਰ ਪਿਛਲੇ ਸਾਲ ਵੀ ਅਸੀਂ ਯੂਜ਼ ਕੀਤੇ ਸੀਗੇ ਇਸ ਸਾਲ ਵੀ ਇਹਨੂੰ ਅਸੀਂ ਦੁਬਾਰਾ ਯੂਜ਼ ਰੀਯੂਜ਼ ਕਰ ਰਹੇ ਹਾਂ ਮਤਲਬ ਦੋ ਸਾਲ ਇੱਕ ਵਾਰੀ 20 ਰੁਪਏ ਦਾ ਪੈਂਦਾ ਜੀ 20 25 ਰੁਪਏ ਦਾ ਲਾ ਲੂ 25 ਰੁਪਏ ਕੋਸਟ ਕਰਦਾ ਜੇ ਆਪਾਂ ਇਹਨੂੰ ਦੋ ਸਾਲ ਯੂਜ਼ ਕਰਦੇ ਠੀਕ ਲਗਭਗ ਰੁਪਏ ਰੇ ਦੀ ਹੈ ਹੀ ਨਹੀਂ ਜੀ ਜੀ ਮਤਲਬ ਕੋਈ ਜੇ ਮਤਲਬ ਕੋਈ ਗਲਤ ਤਰੀਕੇ ਨਾਲ ਵੀ ਚਲਾਉਂਦਾ ਕੋਈ ਐਕਸੀਡੈਂਟ ਕੇਸ ਵੀ ਨਹੀਂ ਹੈਗਾ ਇਹਦੇ ਚ ਆਪਾਂ ਕਹੀਏ ਵੀ ਕੋਈ ਬਹੁਤ ਹੀ ਜਿਆਦਾ ਆਪਾਂ ਕਹਿ ਲਈਏ ਵੀ ਰਿਸਕ ਨਹੀਂ ਹੈ ਰਿਸਕ ਕੋਈ ਨਹੀਂਗਾ ਇਹਦੇ ਚ ਵੇਖੋ ਔਇਲ ਆ ਜਿਹੜਾ ਔਇਲ ਦੀ ਲਾਈਫ 4 ਸਾਲ ਦੀ ਹੈਗੀ ਆ ਜੀ ਤਕਰੀਬਨ 4 ਸਾਲ ਬਾਅਦ ਕੱਲਾ ਔਇਲ ਬਦਲਣਾ ਠੀਕ ਹੈ ਫਿਲਟਰ ਵੀ ਨਹੀਂ ਸਾਫ਼ ਕਰਨਾ ਕੁਝ ਵੀ ਨਹੀਂ ਇਹਦਾ ਕੋਈ ਐਡਾ ਹੈ ਨਹੀਂ ਕੋਈ ਹਰ 2 ਸਾਲ ਦੀ ਸਾਡੀ ਗਾਰੰਟੀ ਵਾਰੰਟੀ ਪੂਰੀ ਆ ਤੇ ਕਿੰਨਾ ਟਾਈਮ ਇਹਨੂੰ ਆਪਾਂ ਕੰਟੀਨਿਊਲੀ ਆਪਾਂ ਰਨ ਕਰ ਸਕਦੇ ਆ 24 ਘੰਟੇ ਤੁਸੀਂ ਕੰਟੀਨਿਊ ਇਹਨੂੰ ਫੀਲਡ ਦੇ ਵਿੱਚ ਚਲਾ ਸਕਦੇ ਆ ਜੀ ਮਤਲਬ ਉਹਦੇ ਵਿੱਚ ਕੋਈ ਜਿਹੜੀ ਹੈਗੀ ਆਪਣੀ ਲੇਬਰ ਚੇਂਜ ਕਰਨੀ ਹੋਊਗੀ ਹੋਰ ਕੁਝ ਨਹੀਂ ਹੋਣਾ ਲੇਬਰ ਕਿਉਂਕਿ 12 ਘੰਟੇ ਮਸਾਂ ਕੰਮ ਕਰ ਸਕਦੀ ਦੋ ਸ਼ਿਫਟਾਂ ਦੇ ਵਿੱਚ ਤਿੰਨ ਸ਼ਿਫਟਾਂ ਦੇ ਵਿੱਚ ਲੇਬਰ ਚੇਂਜ ਕਰੋ ਇਹਨੂੰ 24 ਘੰਟੇ ਯੂਜ਼ ਕਰੋ 24 ਘੰਟਿਆਂ ਦੇ ਵਿੱਚ ਲਗਭਗ ਕਿੰਨੇ ਕ ਬੈਗ ਇਹ ਆਸਾਨੀ ਦੇ ਨਾਲ ਕੈਪੈਸਿਟੀ ਦੇ ਨਾਲ ਭਰ ਸਕਦੀ ਹੈ ਤੁਸੀਂ ਇੱਕ ਘੰਟੇ ਦੀ ਲਾਲੋ ਸਾਹਿਬ ਵੀ 50 ਦੇ ਐਵਰੇਜ ਲੈ ਕੇ ਚੱਲੋ ਜੀ ਠੀਕ ਹੈ ਜੀ 45 ਤੋਂ 50 ਬੈਗ ਜਿਹੜੇ ਆ ਇਹ ਆਪਾਂ ਨੂੰ ਮਿਲ ਜਾਣਗੇ ਉਸ ਹਿਸਾਬ ਨਾਲ ਤੁਸੀਂ ਵਿੱਚੋਂ ਚਾਹ ਵੀ ਪੀਣੀ ਹੈ ਜਾਂ ਰੋਕਣੀ ਆ ਘੰਟੇ ਦੀ 45 50 ਦੀ ਐਵਰੇਜ ਲਾ ਕੇ ਚੱਲੋ ਜਿੰਨੇ ਘੰਟੇ ਤੁਸੀਂ ਮਸ਼ੀਨ ਚਲਾਉਂਗੇ ਓਨੇ ਤੁਹਾਨੂੰ ਪੈਕ ਮਤਲਬ ਜੇ 10 ਘੰਟੇ ਮਸ਼ੀਨ ਚੱਲਦੀ ਆ ਤਾਂ 500 ਬੈਗ ਆਪਾਂ ਸਾਨੀ ਦੇ ਨਾਲ ਕੱਢ ਸਕਦੇ ਹਾਂ ਬਹੁਤ ਆਰਾਮ ਨਾਲ ਆਪਣੇ ਨਾਲ ਭਾਈ ਗੁਰਪ੍ਰੀਤ ਜੀ ਵੀ ਆ ਇਸੇ ਪਿੰਡ ਦੇ ਮਾਲਕੇ ਮਸ਼ੀਨ ਦੇ ਮਾਲਕ ਵੀ ਆ ਤੇ ਇਹ ਇਹਨਾਂ ਦੇ ਖੇਤ ਦੇ ਵਿੱਚ ਹੀ ਇਹ ਕੰਮ ਚੱਲ ਰਿਹਾ ਤੇ ਬ੍ਰਦਰ ਕਿਵੇਂ ਲੱਗ ਰਿਹਾ ਹੈ ਮਸ਼ੀਨ ਦਾ ਰਿਸਪੌਂਸ ਜੀ ਬਹੁਤ ਵਧੀਆ ਲੱਗ ਰਿਹਾ ਜੀ ਆਪਣੀ ਇਹਦੀ ਸਪੀ ਜੇ ਆਪਾਂ ਗੱਲ ਕਰੀਏ ਤਾਂ 1 ਮਿੰਟ ਦੇ ਵਿੱਚ ਇੱਕ ਬੈਗ ਆਪਾਂ ਨੂੰ ਇਹ ਫਿਲ ਕਰਕੇ ਦੇ ਸਕਦੇ ਆਂ। ਐਵਰੇਜ ਤੇ ਰਹੀ ਆ ਜੀ। ਬਾਕੀ ਲੇਬਰ ਆਕਰ ਜਿਆਦਾ ਮਤਲਬ ਮਿਹਨਤ ਨਾਲ ਤੇ ਫੁਰਤੀ ਨਾਲ ਕੰਮ ਕਰਦੀ ਆ ਤੇਰੀ ਸਪੀਡ ਆਪਾਂ ਥੋੜੀ ਹੋਰ ਵੀ ਵਧਾ ਸਕਦੇ ਆ। ਇਹ ਲੇਬਰ ਤੇ ਵੀ ਡਿਪੈਂਡ ਕਰਦਾ ਜੀ। ਠੀਕ ਆ ਜੀ। ਤੇ ਤੁਸੀਂ ਇਹ ਦੂਜੇ ਫਾਰਮਰਾਂ ਦੇ ਲਈ ਵੀ ਇਹ ਮਸ਼ੀਨ ਨੂੰ ਚਲਾਉਨੇ ਹੋ? ਇਹ ਮਸ਼ੀਨ ਦਾ ਮਤਲਬ ਕੰਮ ਕਰਾਇ ਤੇ ਵੀ ਚੱਲਦਾ? ਹਾਂ ਜੀ ਹਾਂ ਜੀ। ਆਪਾਂ ਆਪਣਾ ਵੀ ਫਿਲ ਕਰਾਂਗੇ ਤੇ ਕਰਾਇ ਤੇ ਵੀ ਚੱਲੂਗਾ ਜੀ। ਠੀਕ ਆ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਵੀ ਇਹਨੂੰ ਆਪਾਂ ਇੱਕ ਜਗਾ ਤਾਂ ਦੂਸਰੀ ਜਗ੍ਹਾ ਤੇ ਸਾਨੀ ਨਾਲ ਟਰੈਕਟਰ ਨਾਲ ਲਿਜਾ ਸਕਦੇ ਆ ਠੀਕ ਹੈ ਜੀ ਤਾਂ ਪੀਟੀਓ ਓਪਰੇਟ ਹੋਏਗੀ ਔਰ ਉਸ ਤੋਂ ਬਾਅਦ ਇਹ ਆਪਣਾ ਕੰਮ ਕਰੇਗੀ ਠੀਕ ਹੈ ਜੀ ਮੈਂ ਦੇਖ ਰਿਹਾ ਜਿਹੜੇ ਤੁਸੀਂ ਜਦੋਂ ਸਾਈਲੇਜ ਵਾਲੇ ਇਹ ਬੈਗ ਭਰ ਰਹੇ ਸੀਗੇ ਤੇ ਤੁਸੀਂ ਬਾਅਦ ਦੇ ਵਿੱਚ ਇਹਨੂੰ ਨੋਟ ਦੇ ਨਾਲ ਟਾਈਟ ਵੀ ਕੀਤਾ ਤੇ ਉੱਪਰ ਟੇਪ ਵੀ ਲਾਈ ਹੈ ਇਹਦਾ ਕੀ ਸਿਸਟਮ ਹੈ ਜੀ ਸਰ ਜਦੋਂ ਮਸ਼ੀਨ ਇਹਨੂੰ ਕੰਪਰੈਸ ਕਰ ਦਿੰਦੀ ਆ ਤਾਂ ਬੈਗ ਜਦੋਂ ਆਪਾਂ ਉਤਾਰੇ ਜਾਂਦੇ ਆ ਤਾਂ ਟਾਈ ਬੈਲਟ ਦੇ ਕਹਿੰਦੇ ਆਪਾਂ ਜੀ ਨੂੰ ਉਹਦੇ ਨਾਲ ਇਹਨੂੰ ਟਾਈਟ ਕਰ ਦਿੰਦੇ ਆ ਤਾਂ ਜੋ ਇਹ 에ਅਰ ਟਾਈਟ ਹੋ ਜਾਏ 에ਅਰ ਨਾ ਵੀ ਜੀ ਔਰ ਉੱਪਰੋਂ ਆਪਾਂ ਟੇਪ ਵਗੈਰਾ ਵੀ ਲ ਇੰਨੇ ਅੰਦਰ ਹਵਾ ਨਹੀਂ ਜਾਣੀ ਚਾਹੀਦੀ ਠੀਕ ਹੈ ਜੀ ਔਰ ਕੋਈ ਮਤਲਬ ਮਿਕਚਰ ਵਗੈਰਾ ਜਿਹੜਾ ਉਹ ਮਸ਼ੀਨ ਕੱਢਦੇ ਦੇ ਦੁਆਰਾ ਇਹਦੇ ਵਿੱਚ ਨਾ ਆਵੇ ਤਾਂ ਕਿ ਜਿਹੜਾ ਸਾਡਾ achar ਖਰਾਬ ਨਾ ਹੋ ਪਾਵੇ ਇਸਾਨਪ੍ਰਭੂ ਤੁਹਾਨੂੰ ਪੂਰੀ ਮਸ਼ੀਨ ਦੀਆਂ ਵਰਕਿੰਗ ਵੀਡੀਓ ਵੀ ਦੇਖਿਆ ਤੁਸੀਂ ਸਾਈਲੇਜ ਪੈਕ ਹੁੰਦਾ ਵੀ ਦੇਖਿਆ ਤੇ ਉਹਦਾ ਜਿਹੜਾ ਪੈਕ ਕੀਤਾ ਹੋਇਆ ਆਉਟਪੁੱਟ ਆ ਉਹ ਵੀ ਤੁਹਾਨੂੰ ਸਾਹਮਣੇ ਦਿਖਾਈ ਦੇ ਰਹੀ ਆ ਤੇ ਤਾਲੀਵਾਲ ਐਗਰੋ ਦੇ ਵੀ ਮੈਂ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੇਅਰ ਕੀਤੇ ਹੋਇਆ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਬਾਈ ਗੁਰਪ੍ਰੀਤ ਦਾ ਵੀ ਨੰਬਰ ਤੁਹਾਨੂੰ ਦਿੱਤਾ ਹੋਇਆ ਕਿ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਪਿੰਡ ਮੱਤਾ ਇਹਨਾਂ ਕੋਲ ਮਸ਼ੀਨ ਆ ਤੁਸੀਂ ਪੈਕਿੰਗ ਦੇ ਲਈ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ